ਬਣਾ ਲਿਆਂਦੀ ਆ? ਮੈਂ ਚਾਹ ਤੇ ਬਣਾ ਲਿਆਂਦੀ ਆ ਤੇ ਤੁਸੀਂ ਕਾਹਤੋਂ ਡਏ ਆ ਲੜਨ? ਕੰਮ ਦੀ ਕਿਹੜੀ ਗੱਲ ਆ ਸੰਦੀਪ, ਕੰਮ ਤੇ ਆਪਾਂ ਰਲ ਮਿਲ ਕੇ ਕਰ ਲੈਨੇ ਆ। ਡੈਡੀ ਜੀ ਪੱਠਿਆਂ ਦਾ ਨਿਬੇੜ ਲੈਂਦੇ ਮਾਲ ਡੰਗਰ ਦਾ, ਤੇ ਮੰਮੀ ਧਾਰਾ ਡੋਕੇ ਕੱਢ ਲੈਂਦੇ। ਆਪਾਂ ਦੋਵੇਂ ਸਾਰਾ ਦਿਨ ਘਰ ਦਾ ਕੰਮ ਵੀ ਨਹੀਂ ਕਰ ਸਕਦੀਆਂ, ਕੰਮ ਨਹੀਂ ਰੱਖ ਕੇ ਕੀ ਕਰਨੀ ਆ? ਉਹ ਜਾ ਦੀਦੀ, ਮੈਨੂੰ ਬਹੁਤੀਆਂ ਸਲਾਹਾਂ ਦੇਣ ਦੀ ਲੋੜ ਨਹੀਂ। ਉਹ ਤੇ ਮੈਨੂੰ ਪਤਾ ਹੀ ਹੈ ਸੰਦੀਪ, ਸਲਾਹ ਤਾਂ ਤੂੰ ਮੇਰੀ ਪਹਿਲਾਂ ਵੀ ਲੈ ਕੇ ਰਾਜੀ ਨਹੀਂ ਆ। ਜੇ ਤੂੰ ਮੇਰੀ ਸਲਾਹ ਨਾ ਚੱਲੇ ਨਾ ਤੇ ਆ ਬੋਲ ਬੁਲਾਦਾ ਘਰ ਦੇ ਵਿੱਚ ਹੋਵੇ ਹੀ ਨਾ। ਅੱਜ ਕਿਹੜੀ ਏਡੀ ਵੱਡੀ ਗੱਲ ਹੋ ਗਈ ਆ? ਮੰਨਿਆ ਕਿ ਚੱਲ ਡੈਡੀ ਜੀ ਚੱਲ ਗਏ, ਵੋਟਾਂ ਵਾਲਿਆਂ ਨੇ ਕਿਹਾ ਤੇ ਕੰਮ ਥੋੜਾ ਵੱਧ ਪੈ ਗਿਆ, ਮੰਮੀ ਆਪਣੀ ਜਗ੍ਹਾ ਖਪਣ ਡੇ ਆ ਤੇ ਤੂੰ ਉਹ ਤੋਂ ਵੱਧ ਰੌਲਾ ਪਾਉਣ ਡਈ ਆ। ਇੱਕ ਦੋ ਦਿਨ ਵੱਧ ਕੰਮ ਪੈ ਵੀ ਜਾਂਦਾ ਵਾ ਤੇ ਏਡੀ ਕੋਈ ਵੱਡੀ ਆਫਤ ਨਹੀਂ ਆ ਜਾਂਦੀ, ਰਲ ਮਿਲ ਕੇ ਕਰ ਲਈਦਾ ਹੋਈਦਾ ਵਾ। ਤੇ ਦੀਦੀ ਜੇ ਕੰਮ ਵਾਲੀ ਰੱਖ ਵੀ ਲਵਾਂਗੇ ਸਾਡਾ ਸਵਾਸਤੇ ਸਵਾਸਤੇ ਕੰਮ ਨਹੀਂ ਬੜੀਆ ਕਰੂਗਾ, ਨਾ ਘਰ ਚ ਖੱਪ ਖਪਾ ਪਵੇ ਤੇ ਨਾ ਹੋਰ ਮਜੇ ਨਾਲ ਸ਼ਾਂਤੀ ਨਾਲ ਆਪਾਂ ਆਪਣਾ ਕੰਮ ਕੀਤਾ ਤੇ ਆਪਣੇ ਨਹਾ ਧੋ ਕੇ ਵਿਹਲੇ। ਚੱਲ ਤੂੰ ਸਾਰ ਲਾ ਫਿਰ, ਜੇ ਤੇਰੇ ਕੋਲ ਸਰਦਾ ਕੰਮ ਵਾਲੀ ਰੱਖ ਕੇ, ਮੈਂ ਤੇ ਨਹੀਂ ਗੀ ਰੱਖਣੀ। ਤੈਨੂੰ ਚੰਗੀ ਮਾਤੀ ਦੇਣ ਡਈ ਐ ਸਿਮਰਨ, ਤੇ ਤੂੰ ਮਤ ਲੈਣੀ ਨਹੀਂ ਉਦਾਂ ਸਿਓ ਦੀ। ਤੈਨੂੰ ਜਿਆਦੀਆਂ ਚੰਡੀਆਂ ਚਾਨੀਆਂ ਵਾ ਵੇਖ ਵੇਖ ਕੇ ਉਹਦੀ ਵੱਲ, ਤੇ ਮਤ ਲੈਣੀ ਜਿਹੜੀ ਉਹ ਬਹੁਤ ਚੰਗੀ ਹੁੰਦੀ ਆ ਸਿਆਣੇ ਬੰਦੇ ਦੀ। ਪਤਾ ਵਾ ਤੁਸੀਂ ਨੌ ਸਾਸੀ ਬੜੀਆਂ ਸਿਆਣੀਆਂ ਵਾ, ਵੇਖਿਓ ਪਿੰਡ ਤੇ ਸਰਪੰਚ ਹਲਕਾ ਤੁਹਾਨੂੰ ਨਾ ਕਿਤੇ ਕੋਈ ਖਿਲਾਫ। ਸੰਦੀਪ ਮੰਮੀ ਜੀ ਨੂੰ ਇੰਨਾ ਤੰਗ ਨਾ ਕਰਿਆ ਕਰ, ਨਾ ਲਾ ਲਾ ਕੇ ਬਹੁਤੀਆਂ ਗੱਲਾਂ ਸੁਣਾਇਆ ਕਰ। ਸਰੀਰ ਦਾ ਪਹਿਲਾਂ ਕਿੰਨਾ ਲਿੱਸਾ ਹੋਇਆ ਵਾ, ਉਮਰ ਦਾ ਵੀ ਲਿਹਾਜ਼ ਕਰ ਲਿਆ ਕਰ ਕਿਤੇ, ਐਵੇਂ ਨਹੀਂ ਕਿ ਲਾ ਲਾ ਕੇ ਗੱਲਾਂ ਸੁਣਾਈਦੀਆਂ ਹੋਈਦੀਆਂ। ਮੇਰੇ ਤੇ ਦਿਲ ਵਿੱਚ ਰੀਝ ਹੀ ਰਹਿ ਗਈ ਕਿ ਅਸੀਂ ਰਲ ਕੇ ਭੈਣਾ ਭੈਣਾ ਬਣ ਕੇ ਤੇ ਕੰਮ ਘਰ ਦਾ ਨਿਬੇੜ ਕੇ ਤੇ ਇਕੱਠੀਆਂ ਰਿਹਾ ਕਰੀਏ। ਇਕੱਠੀਆਂ ਰਹਿਣ ਦੇ ਵਿੱਚ ਬਰਕਤ ਵਾ, ਘਰ ਦੇ ਵਿੱਚ ਕੁਝ ਬਣ ਜਾਂਦਾ ਵਾ, ਚਾਰ ਸਿਰ ਜੁੜ ਵੀ ਜਾਂਦੇ ਆ। ਪਰ ਤੂੰ ਨਹੀਂ ਗਈ ਮੇਰੇ ਕਹਿਣੇ ਤੇ ਚੱਲਦੀ। ਜਦੋਂ ਆਪਣੀ ਜਾਨ ਨੂੰ ਨਹੀਂ ਸੁੱਖ ਤੇ ਪਿਆਹਾ ਹੱਕ ਤੇ ਰੱਖ ਕੇ ਖੜਨਾ ਵਾ, ਇਹਨਾਂ ਨੂੰ ਬੰਦਾ ਪੁੱਛੇ। ਕੰਮ ਵਾਲੀ ਆਖਿਆ ਵਾ ਉਹ ਤੁਸੀਂ ਮੰਨਦੀਆਂ ਨੀ, ਭੈੜਾ ਭੈੜਾ ਬਣ ਜਾ ਤੂੰ, ਮੇਰੇ ਨਾਲ ਭੈਣ ਬਣ ਕੇ ਵੇਖ ਲਾ। ਤੂੰ ਸਾਰੀ ਦਿਹਾੜੀ ਮੈਨੂੰ ਚੁੱਲ੍ਹੇ ਵਾਰ ਛੱਡਿਆ ਕਰੂੰਗੀ, ਭੈਣ ਬਣਾਉਣੀ ਫਿਰ ਪਤਾ ਨੀ ਹੁਣ ਸਾਹ ਆਇਆ ਮੁੜ ਕੇ ਆਉਣਾ ਕਿ ਨਹੀਂ ਆਉਣਾ। ਜਦੋਂ ਆਪਣੀ ਜਿੰਦ ਨੂੰ ਸੁੱਖ ਨੀ ਤੇ ਪੈਸੇ ਨੂੰ ਮੈਂ ਚੱਟਣਾ ਇਹਨਾਂ ਦੇ ਨੂੰ। ਇਕੱਠੇ ਰਵਾਂਗੇ ਭੈਣ ਬਣ ਕੇ ਰਹੋ, ਕਿੰਨੀਆਂ ਗੱਲਾਂ ਕਰਦੀ ਰਹਿੰਦੀ, ਕਦੀ ਕੋਈ ਸਵਾਦ ਦੀ ਗੱਲ ਨਹੀਂ ਇਹਨੇ ਕੀਤੀ। ਸੰਦੀਪ ਨਾਲ ਵੀ ਕੀ ਗੱਲ ਕਰਨੀ ਹੁੰਦੀ ਆ, ਸਰਪੰਚੀ ਦੀਆਂ ਗੱਲਾਂ ਤੇ ਮੈਨੂੰ ਇਦਾਂ ਸੁਣਾਉਣ ਡਈ ਆ ਜਿੱਦਾਂ ਇਹਨੇ ਸਾਨੂੰ ਪਹਿਲੀ ਵੋਟ ਹੀ ਪਾ ਦੇਣੀ ਆ ਤੇ ਇਹਦੇ ਸਿਰ ਤੇ ਸਰਪੰਚ ਖਲੋ ਜਾਣਾ ਵਾ। ਸ਼ਰਮ ਨਹੀਂ ਆਉਂਦੀ ਗੱਲ ਕਰਦੀ ਨੂੰ, ਪੇਕੇ ਮੇਰੇ ਗਈ ਨਹੀਂ ਆ ਤੇ ਲੜਾਈ ਮੰਮੀ ਜੀ ਦੇ ਨਾਲ ਪਹਿਲਾਂ ਹੀ ਪਾ ਕੇ ਬਹਿ ਗਈ ਆ, ਕੀ ਜਾਣਵਾ ਮੇਰਾ ਇਹੋ ਜਿਹਾ। ਜੇ ਇਹਨੇ ਕਹਿਣਾ ਹੋਵੇ ਚੱਲ ਦੀਦੀ ਦੋ ਦਿਨ ਜਾ ਆ ਤੇ ਕੋਈ ਗੱਲ ਨਹੀਂ, ਮੈਂ ਮਗਰੋਂ ਸਾਹਬ ਨੂੰ ਕੀ ਸਾਰਾ ਕੰਮ। ਪਰ ਕਿੱਥੋਂ ਕੱਪੜੇ ਕਿੰਨੇ ਉਧੜੇ ਪਏ ਆ ਇਹਨਾਂ ਨੂੰ ਤੇ ਸੀਵਾ ਪਹਿਲਾਂ। ਕਿਤੇ ਨਾ ਕਿਤੇ ਅੜ ਕੇ ਕਦੀ ਗੀਹਾ ਪਾੜ ਜਾਂਦਾ ਵਾ ਤੇ ਕਦੀ ਵੱਖੀ ਉਧੜ ਜਾਂਦੀ ਆ। ਕੰਮ ਧੰਦੇ ਵਾਲੇ ਕੱਪੜੇ ਜਿਹੜੇ ਨਾ ਉਹਨਾਂ ਦਾ ਵੀ ਇੱਦਾਂ ਹੀ ਆ ਕੰਮ। ਮੰਮੀ ਪਤਾ ਨਹੀਂ ਉੱਦਾਂ ਮੈਂ ਇੱਕ ਗੱਲ ਸੋਚਣ ਡੀ ਸੀਗੀ, ਪ੍ਰਦੀਪ ਨੇ ਦੁੱਧ ਦਾ ਕਦਾ ਸੁਨੇਹਾ ਦੇ ਦਿੱਤਾ, ਜ਼ਿਆਦਾ ਗੁੱਸੇ ਵਿੱਚ ਡਏ ਆ ਕੱਲ੍ਹ ਦੇ ਆਪਣੇ ਆਪ ਨੂੰ ਤਕਲੀਫ ਦੇਣ। ਖਰੇ ਉਹਨਾਂ ਦੇ ਮਨ 'ਚ ਕੀ ਚੀਜ਼ ਆਉਣ ਡੀ ਆ। ਕੋਈ ਨਾ ਕੋਈ ਗਲਤ ਜ਼ਰੂਰ ਹੈਗੀ ਮੰਮੀ ਦੇ ਮਨ ਦੇ ਵਿੱਚ,
ਨਹੀਂ ਤਾਂ ਇੱਦਾਂ ਨਹੀਂ ਕਦੀ ਉਹ ਮੇਰੇ ਨਾਲ ਤਾਂ ਨਹੀਂ ਕਦੀ ਗਰਮ ਹੋਏ, ਪਰ ਹੁਣ ਤਾਂ ਮੈਨੂੰ ਵੀ ਨਹੀਂ ਬਖਸ਼ਦੇ। ਚੱਲ ਕੋਈ ਨਹੀਂ, ਜਦੋਂ ਬੰਦਾ ਥੋੜ੍ਹਾ ਸਿਆਣਾ ਹੋ ਜਾਂਦਾ ਬਜ਼ੁਰਗ ਨਾ, ਥੋੜ੍ਹਾ ਜਿਹਾ ਉਹਨਾਂ ਦਾ ਸੁਭਾਅ ਵੀ ਚਿੜਚਿੜਾ ਹੋ ਜਾਂਦਾ। ਜਾਣੀਆਂ ਤਾਂ ਡੈਡੀ ਜੀ ਮੱਝਾਂ ਵੀ ਜ਼ਿਆਦੀਆਂ ਰੱਖੀਆਂ ਵਾ, ਮੰਮੀ ਖਿੱਚ ਜਾਂਦੇ ਆ ਘਰਾਂ ਡੋਕੇ ਕੱਢਦੇ ਜੀ। ਆਖੀ ਦਾ ਇੱਕ ਅੱਧੀ ਰੱਖ ਲਓ, ਚੱਲ ਆਪਣਾ ਸਰਦਾ ਜਾਵੇ, ਪਰ ਸ਼ੁਰੂ ਤੋਂ ਉਹਨਾਂ ਦਾ ਕੀ ਕਹਿੰਦੇ ਹੁੰਦੇ ਆ ਕਿ ਕੰਮ ਚੱਲਦਾ ਆਉਣ ਡਿਆ ਨਾ, ਗਿੱਜੇ ਆ ਮੁੜ ਕੇ ਡੰਗਰ ਜਿਹੜੇ ਆ ਘੱਟ ਵੀ ਨਹੀਂ ਕੀਤੇ ਜਾਂਦੇ। ਚੱਲ ਜਿੰਨਾ ਚਿਰ ਸਾਡੇ ਪੈਰ ਚੱਲਦੇ ਆ ਕਰੀ ਜਾਣਾ ਇਹਨਾਂ ਨੇ, ਜਿੰਨਾ ਕੁ ਹੜਕੋ ਹੋਊਗਾ ਹੱਥ ਉੱਥ ਵਟਾਵਾਂਗੇ ਨਾਲ। ਕੋਈ ਨਾ, ਨਾ ਪ੍ਰੀਤ ਨੇ ਹੋ ਜਾਣਾ ਸਿਆਣਾ, ਲਈ ਤੈਨਾਂ ਸਾਰਾ ਕੰਮ ਆਪੇ ਭੈਣ ਭਰਾ ਰਲ ਕੇ ਲਾਗੋ ਹੱਥ ਵਟਾ ਲਿਆ ਕਰਨਗੇ, ਫਿਰ ਹੋਰ ਕੀ ਕਰਨਾ। ਇਹਦਾ ਹੀ ਆ ਸੰਦੀਪ ਦਾ, ਕਿਤੇ ਵੀ ਸਾਡੇ ਨਾਲ ਰਲ ਕੇ ਤੁਰੇ ਘਰ ਸਵਰਗ ਬਣ ਜੂਗਾ, ਏਦਾਂ ਤਾਂ ਚੰਗਾ ਵੀ ਨਹੀਂ ਲੱਗਦਾ। ਤੀਜੇ ਕੁ ਦਿਨ ਕਿਸੇ ਨਾ ਕਿਸੇ ਗੱਲੋਂ ਰੌਲਾ ਪਿਆ ਰਹਿੰਦਾ ਵਾ। ਜਿੱਥੇ ਮਰਜ਼ੀ ਕਿਤਾਬਾਂ ਸੁੱਟ ਕੇ ਤੇ ਫਲਾਰਾ ਪਾ ਸਕਦੀ ਆ। ਪੁੱਛਾਂ ਭਲਾ ਇਹਨੇ ਟਿਊਸ਼ਨ ਵਾਲੇ ਨੇ ਪੈਸੇ ਮੰਗੇ ਕਿ ਨਹੀਂ ਮੁੜ ਕੇ। ਮਾਨਤ! ਹਾਂਜੀ ਮੰਮੀ ਜੀ। ਗੱਲ ਸੁਣ ਪੁੱਤ, ਆ ਕੇ ਮੇਰੀ ਆ ਗਈ ਹਰ ਗੁਣ। ਪੁੱਤ ਆ ਕੀ ਆ ਖਾ ਖਾ ਕੇ, ਜਿੱਦਾਂ ਤੂੰ ਉਦਾਂ ਹੀ ਉੱਥੇ ਸੁੱਟੀ ਜਾਣ ਡਿਆ ਲਫਾਫੇ, ਇੱਕ ਖਾ ਲਿਆ ਤੇ ਦੂਜਾ ਸਿਰਾਣੇ ਰੱਖਿਆ ਵਾ। ਤੈਨੂੰ ਕਹਿਣ ਡਿਆ ਜੁੰਡੀ ਜੀ, ਤੈਨੂੰ ਕਹਿਣ ਡੀ ਆ। ਹਾਂਜੀ ਮੰਮਾ ਜੀ। ਆਵੇ ਪੁੱਤ ਬੱਚਿਆਂ ਹਾਲ ਵੇ, ਵੀਰਾਂ ਨੇ ਕਿੱਦਾਂ ਤੇਰੇ ਖਲਾਰ ਖਲਾਰ ਗਏ ਸਾਰੇ, ਕਬਰ ਇਕੱਠੇ ਕੀਤੇ, ਤੂੰ ਹੀ ਖਿਆਲ ਰੱਖ ਲਿਆ ਕਰ। ਮੰਮਾ ਜੀ ਆ ਗਿਆ ਆ ਗਿਆ, ਉੱਥੇ ਟਾਈਮ ਆਇਆ ਗਿਆ ਆ ਗਿਆ, ਤੇ ਫਿਰ ਕਿੱਧਰ ਨੂੰ ਮੁੜ ਕੇ ਵੇਖਣਾ ਕਿੱਦਾਂ ਗੁੜਗੁੜੇ ਖਲਾਰਾ ਤੇ। ਮੈਂ ਮੰਮਾ ਦੋ ਤਿੰਨ ਵਾਰੀ ਵਿਸਾਤੇ ਸੋਫਿਆਂ ਦੇ ਕਵਰ, ਇਹ ਨਹੀਂ ਹਟਦਾ। ਮੈਂ ਚਾਚੀ ਨੂੰ ਕਿਹਾ ਸੀ ਵੀ ਚਾਚੀ ਜੀ ਹਰਗੁਣ ਨੂੰ ਕਹਿ ਦੋ, ਚਾਚੀ ਹਰਗੁਣ ਨੂੰ ਕੋ ਕਹਿੰਦੀ ਨਹੀਂ ਆ। ਹਰਗੁਣ ਨੇ ਨਹੀਂ ਆਖੇ ਲੱਗਣਾ, ਬਸ ਚੀਜ਼ੀਆਂ ਚਾਹੀਦੀਆਂ, ਗਾੜੀ ਫੋਨ ਚਾਹੀਦਾ ਵਾ। ਉਹ ਤੇ ਏਦਾਂ ਤੇ ਨਹੀਂ ਸਰਨਾ ਤੇਰਾ, ਸਕੂਲ ਵੀ ਜਾਣਾ ਤੇ ਫਿਰ ਮੈਡਮਾਂ ਕੋਲੋਂ ਵੀ ਚਾਰ ਲੱਗਿਆ ਕਰਨੀਆਂ ਤੇਰੇ। ਮੰਮਾ ਮੈਂ ਤੁਹਾਨੂੰ ਨਾਲ ਇੱਕ ਗੱਲ ਕਰਨੀ ਸੀ। ਦੱਸੋ। ਉਹ ਟਿਊਸ਼ਨ ਵਾਲੀ ਜਿਹੜੀ ਟੀਚਰ ਆ ਨਾ, ਉਹ ਕਹਿੰਦੀ ਵੀ ਪੈਸੇ ਲਿਆ ਦਿਓ ਮੈਨੂੰ ਫੀਸ ਦੇ, ਮੈਂ ਤੁਹਾਨੂੰ ਅੱਗੇ ਗੱਲ ਕੀਤੀ ਸੀ ਤੇ ਉਹ ਕਹਿੰਦੀ ਸਾਰੇ ਬੱਚੇ ਕਹਿੰਦੇ ਵੀ ਸੋਮਵਾਰ ਨੂੰ ਦੇਣੀ ਆ ਫੀਸ, ਤੇ ਮੈਂ ਵੀ ਕਿਹਾ ਵੀ ਮੈਂ ਵੀ ਸੋਮਵਾਰ ਨੂੰ ਦੇ ਦੂੰਗੀ, ਤੇ ਉਹ ਕਹਿੰਦੇ ਕੋਈ ਨੀ ਸਾਰੇ ਜਾਣੇ ਸੋਮਵਾਰ ਨੂੰ ਲਿਆ ਦਿਓ। ਆਹੋ ਤੇ ਪੁੱਤ ਉਹ ਤੇ ਅੱਗੇ ਡੇਟ ਫਿਕਸ ਹੀ ਆ, ਹਰ ਮਹੀਨੇ ਦੇ ਮਹੀਨੇ ਦੇਈਦੀ ਆ। ਨਾਲੇ ਮੈਂ ਇੱਕ ਹੋਰ ਗੱਲ ਕਰਨੀ ਸੀ ਤੁਹਾਡੇ ਨਾਲ। ਹੋਰ ਕਰਦੀ। ਉਦੋਂ ਨਾ ਚਾਚੀ ਨੇ ਨਾ ਮੇਲੇ ਤੋਂ ਆਣ ਕੇ ਨਾ ਮੇਰੇ ਹੱਥੇ ਭਾਂਡੇ ਲਿਆਂਦੇ। ਭਾਂਡੇ ਲਿਆਂਦੇ? ਹਾਂਜੀ। ਉਹਨਾਂ ਨੇ ਨਾ ਥਾਲੀ ਲਿਆਂਦੀ, ਦੋ ਕੋਲੀਆਂ, ਚੁੰਚੇ ਤੇ ਗਲਾਸੀਆਂ ਨਿੱਕੀਆਂ ਨਿੱਕੀਆਂ ਭਾਂਡੇ ਵਾਲੇ। ਆਹੋ ਤੁਸੀਂ ਨਾ ਹੀ ਦਿੱਤਾ ਉਹ ਪੱਕਾ? ਨਹੀਂ ਮੰਮਾ ਮੈਂ ਨਹੀਂ ਕੋਈ ਵੀ ਸੁਣਾ ਦਿੱਤਾ, ਚਾਚੀ ਨੇ ਆਪਣੇ ਆਪ ਹੀ ਲਿਆਂਦੀਆਂ ਵਾ। ਚਲ ਚੰਗੀ ਗੱਲ ਆ ਪੁੱਤ, ਦਿਲ ਦੀ ਤਾਂ ਨਿੱਕੀ ਮਾੜੀ ਉਹ ਪਤਾ ਨੀ ਓਦਾਂ ਹੀ ਨਿੱਕੀ ਨਿੱਕੀ ਗੱਲ ਤੇ ਖਿੱਚ ਜਾਂਦੀ ਆ। ਤੇ ਮੈਂ ਤੇ ਆਪ ਚਾਹੁੰਦੀ ਆ ਕਿ ਚੱਲ ਆਪਾਂ ਰਲ ਮਿਲ ਕੇ ਰਹੀਏ, ਇਕੱਠੀਆਂ ਹੱਸਿਆ ਖੇਡਿਆ ਕਰੀਏ, ਪਰ ਉਹ ਜਿਹੜੇ ਕੰਮਾਂ ਦੇ ਵਿੱਚ ਉਹ ਮੈਨੂੰ ਕਹਿੰਦੀ ਆ ਨਾ ਕਿ ਆਪਾਂ ਐਨੋ ਚੱਲੀਏ ਤੇ ਆਉਣੋ ਚੱਲੀਏ, ਉਹਦੇ ਚ ਮੈਨੂੰ ਥੋੜਾ ਠੀਕ ਨਹੀਂ ਲੱਗਦਾ। ਜਿੱਥੇ ਜਾਣ ਵਾਲੀ ਜਗ੍ਹਾ ਆਪਾਂ ਜਾ ਵੀ ਸਕਦੇ ਆ ਇਕੱਠੇ, ਪਰ ਉਹ ਹਮੇਸ਼ਾ ਇਹੋ ਜਿਹੀ ਗੱਲ ਚਾਹੁੰਦੀ ਆ।
ਤੇ ਜਿਦਾ ਤੈਨੂੰ ਪਤਾ ਹੀ ਆ ਉਹ ਪਰਦੇਵ ਦੇ ਕਹਿਣੇ ਤੇ ਜ਼ਿਆਦਾ ਚੱਲਦੀ ਆ, ਮੰਮੀ ਨੂੰ ਇਹ ਚੀਜ਼ਾਂ ਜਿਹੜੀਆਂ ਨਾ ਮਨਜ਼ੂਰ ਨਹੀਂ ਆ। ਨਾਲੇ ਚਾਚੀ ਦੀ ਇੱਕ ਮੈਨੂੰ ਗੱਲ ਹੋਰ ਚੇਤਾ ਆਈ ਪ੍ਰਦੀਪ ਆਂਟੀ ਦੇ ਨਾਮ ਤੋਂ, ਉਦਣ ਨਾ ਜਿੱਦਣ ਤੁਸੀਂ ਗਏ ਸੀ ਨਾ ਉੱਥੇ ਭੋਗ ਤੇ, ਆਹੋ ਹਨਾ, ਤੇ ਉਦਣ ਮੈਂ ਚਾਚੀ ਨੂੰ ਕਿਹਾ ਸੀ ਵੀ ਚਾਚੀ ਤੁਸੀਂ ਕੀ ਕਰਦੇ ਤੇ, ਤੇ ਚਾਚੀ ਕਹਿੰਦੀ ਮੈਂ ਭਾਂਡੇ ਮਾਂਜਣ ਡਈ ਆ। ਕਹਿੰਦਾ ਚਾਚੀ ਕਹਿੰਦੀ ਤੂੰ ਭਾਂਡੇ ਮਾਂਜ ਲਾ ਤੇ ਮੈਂ ਬਾਹਰ ਬਹਿਨੀ ਆ। ਬਾਹਰ ਜਦੋਂ ਮੰਜਾ ਲੈ ਕੇ ਉੱਥੇ ਸੂਏ ਤੇ ਬਹਿ ਗਏ ਤੇ ਉੱਥੇ ਪ੍ਰਦੀਪ ਆਂਟੀ ਵੀ ਆਈ ਸੀ। ਪ੍ਰਦੀਪ ਆਂਟੀ ਦੁੱਧ ਲੈ ਕੇ ਗਈ ਇੱਥੋਂ। ਪ੍ਰਦੀਪ ਆਂਟੀ ਆਪਣੇ ਘਰੇ ਆਈ ਸੀਗੀ? ਹਾਂਜੀ। ਹਾਏ ਵੀ ਮੇਰੇ ਰੱਬਾ, ਮੰਮੀ ਸੱਚੀ ਫਿਰ ਕੱਲ ਦਾ ਖਪਣ ਡਏ ਆ। ਮੰਮੀ ਨੂੰ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਇਹ ਗੱਲ ਦਾ, ਤੇ ਮੈਂ ਸਗੋਂ ਆਖਿਆ ਵੀ ਨਹੀਂ ਮੰਮੀ ਜੀ ਯਕੀਨ ਕਰੀਦਾ ਹੋਈਦਾ ਵਾ, ਉਹ ਕਿਤੇ ਅੱਗੇ ਗਈ ਹੋਣੀ ਆਪਣੇ ਘਰੇ ਨਹੀਂ ਆਈ ਹੋਣੀ ਹੈ, ਤੇ ਉਹ ਫਿਰ ਐਵੇਂ ਤਾਂ ਨਹੀਂ ਮੰਮੀ ਇਸ ਗੱਲ ਨੂੰ ਲੈ ਕੇ। ਕੱਲ ਦੇ ਮੈਨੂੰ ਲੱਗਣ ਡਿਆ ਸੀ ਵੀ ਕੁਝ ਨਾ ਕੁਝ ਚੱਲਣ ਡਿਆ ਉਹਨਾਂ ਦੇ ਮਨ ਦੇ ਵਿੱਚ, ਪਰ ਤੇਰੀ ਚਾਚੀ ਲਈ ਵੀ ਤੇ ਇਹ ਗੱਲ ਗਲਤ ਵਾ ਨਾ ਪੁੱਤ, ਵੀ ਚੱਲ ਜੇ ਉਹ ਆਈ ਆ ਦੁੱਧ ਦਿੱਤਾ ਤੂੰ ਸੱਚ ਦੱਸ, ਝੂਠ ਕਾਹਤੋਂ ਬੋਲਣਾ ਵਾ। ਇਹੋ ਜਿਹੜੀਆਂ ਚਲਾਕੀਆਂ ਨਾ, ਇਹਨਾਂ ਚਲਾਕੀਆਂ ਦਾ ਕਰਕੇ ਮੁੜ ਕੇ ਯਕੀਨ ਨਹੀਂ ਮੰਮੀ ਵੀ ਕਰਦੇ, ਤੇ ਫਿਰ ਮੈਂ ਵੀ ਥੋੜਾ ਜਿਹਾ ਕਿਨਾਰਾ ਕਰ ਜਾਂਦੀ ਇਹਨਾਂ ਗੱਲਾਂ ਤੋਂ। ਮੈਂ ਕਿਹਾ ਸੀ ਚਾਚੀ ਨੂੰ, ਮੈਂ ਕਿਹਾ ਚਾਚੀ ਜੀ, ਚਾਚੀ ਤੁਹਾਡੇ ਬਾਰੇ ਵੀ ਕਹਿਣ ਦੇ ਵੀ ਤੇਰੀ ਮੰਮੀ ਮੇਰੇ ਨਾਲ ਨਹੀਂ ਰਲ ਕੇ ਚੱਲਦੀ। ਬੱਚੇ ਨੇ ਨਿੱਕੀ ਨਿੱਕੀਆਂ ਗੱਲਾਂ ਨੋਟ ਕਰਦੇ ਹੁੰਦੇ, ਜਦੋਂ ਦੋ ਜਣੇ ਸਿਆਣੇ ਬੈਠੇ ਹੋਣ ਨਾ ਤੇ ਬਹੁਤਾ ਕੰਨ ਰਸ ਨਹੀਂ ਰੱਖੀਦਾ ਹੋਈਦਾ, ਅਗਲੇ ਦੀਆਂ ਗੱਲਾਂ ਨਹੀਂ ਸੁਣੀਦੀਆਂ ਹੋਈਦੀਆਂ, ਠੀਕ ਆ, ਇਹਦਾ ਚੁਗਲਖੋਰ ਜੇ ਬਣੀਦਾ ਵਾ। ਤੇ ਦੂਜੀ ਗੱਲ ਇਹ ਆ ਕਿ ਹੁਣ ਜੇ ਮੈਂ ਫੇਰ ਤੇਰੀ ਦਾਦੀ ਮਾਂ ਨੂੰ ਦੱਸਿਆ ਨਾ, ਹਾਂਜੀ, ਵੀ ਆਹ ਸਾਰਾ ਕੁਝ ਜਿਹੜਾ ਹੁਣ ਤੁਸੀਂ ਮੈਨੂੰ ਦੱਸਣ ਡਏ ਆ ਪੁੱਤ, ਤੇ ਪਰ ਇਹਦੇ ਜੇ ਮੈਂ ਇਹ ਦੱਸ ਦਿੱਤਾ ਨਾ ਤੇ ਦਾਦੀ ਮਾਂ ਨੇ ਫੇਰ ਉਹਦੇ ਦੁਆਲੇ ਹੋ ਜਾਣਾ ਸੰਦੀਪ ਦੇ, ਇਹਦੇ ਨਾਲੋਂ ਚੰਗਾ ਕਿ ਮੈਂ ਨਾ ਹੀ ਦੱਸਾਂ। ਇੱਕ ਚੁੱਪ ਤੇ ਸੌ ਸੁੱਖ, ਹੁਣ ਦੁੱਧ ਤਗਲੀ ਨੇ ਘਰੋਂ ਲਵਾ ਹੀ ਲਿਆ ਵਾ, ਪਰ ਗਲਤ ਗੱਲ ਤੇ ਇਹ ਆ ਵੀ ਝੂਠ ਕਾਹਤੋਂ ਬੋਲਣਾ। ਹਾਂਜੀ ਹੈ, ਆ ਫੜ ਆਪਣੀਆਂ ਕਿਤਾਬਾਂ ਰੱਖ, ਉਹ ਅੰਦਰ ਪਈਆਂ ਹੈਗੀਆਂ, ਤੇ ਆਪਣਾ ਪੜ੍ਹ ਲਿਖ ਲੈ ਕੁਝ ਹੈ। ਠੀਕ, ਹੁਣ ਕੀ ਦੱਸਣਾ ਵਾ, ਦੱਸਿਆ ਤਾਂ ਕਪਾਤੀ ਵਧਣਾ, ਹੋਰ ਤਾਂ ਕੋਈ ਫਾਇਦਾ ਨਹੀਂ ਹੋਣਾ। ਪੁੱਤ ਛੱਡ ਦੇ ਫੋਨ, ਚੱਲ ਉੱਠ ਸੇਸੁਰ ਵਾਦਾ ਤੇਰਾ। ਮੰਮਾ ਮੰਮਾ ਮੈਨੂੰ ਨਿੰਬੂ ਪਾਣੀ ਬਣਾ ਦੋ, ਹਾਂ ਬੜਾ ਜੀ ਕਰਨ ਡਿਆ ਨਿੰਬੂ ਪਾਣੀ ਪੀਣ ਨੂੰ। ਜਾ ਸਿੱਕੂ ਲੈ ਕੇ ਨਿੰਬੂ ਤੋੜ ਕੇ ਲਿਆਵਾਂ। ਜਮਨ ਲਿਆਉਣੀ ਲੈ ਫੜਾ। ਹੈਲੋ, ਨਿੰਬੂ ਦੀ ਦਾਬ ਲਾ ਕੇ ਨਾ ਇੱਕ ਜਗ੍ਹਾ ਹੋਰ ਬੂਟਾ ਲਾਉਂਦੇ ਆ, ਵੇ ਭਲਾ ਉਧਰਲੇ ਪਾਸੇ ਹੋਣੇ ਆ ਪੱਕੇ ਪੱਕੇ। ਨਿੰਬੂ ਤਾਂ ਮਨ ਤਾਂ ਹੱਥ ਲੈ ਟੁੱਟਦੇ ਜਾਣ ਡੇ ਆ, ਐ ਲੱਗਣ ਡਿਆ ਜਿੱਦਾਂ ਨਾ ਪਾਣੀ ਦੀ ਕਮੀ ਆ। ਪਾਣੀ ਪਾਉਣੇ, ਨਿੰਬੂਆਂ ਨੂੰ ਪਾਣੀ ਨਹੀਂ ਪਾਇਆ। ਆ ਫੜ, ਉਹ ਤੇ ਚਾਚੀ ਖਲੋਤੀ ਜਾ, ਮੇਰਾ ਪੁੱਤ ਉਹਨੂੰ ਕਹਿ ਨਿੰਬੂ ਪਾਣੀ ਬਣਾ ਦੇ, ਤੇ ਮੈਂ ਮਾੜਾ ਜਿਹਾ ਸਬਜ਼ੀ ਚਾੜ ਲਾ। ਚਾਚੀ ਜੀ। ਹਾਂਜੀ ਚਾਚੀ ਜੀ, ਮੈਨੂੰ ਨਾ ਤੇ ਬੜੀ ਲੱਗੀ ਆ ਤੇ ਮੈਨੂੰ ਨਿੰਬੂ ਪਾਣੀ ਬਣਾ ਦੋ। ਲਿਆ ਪੁੱਤ ਬਣਾ ਦਿੰਦੀ ਆ, ਦਿਲ ਤੇ ਮੇਰਾ ਵੀ ਨਹੀਂ ਕਰਨ ਡਿਆ, ਗਰਮੀ ਜਿਹੜਾ ਗੱਡੀ ਸੀ ਉੱਥੇ ਅੰਦਰ, ਮੈਂ ਚੱਲ ਇੱਥੇ ਹਵਾ 'ਚ ਭੱਖਦੀ ਹਾਂ। ਨਾਲੇ ਉਹ ਨਾ ਪ੍ਰਦੀਪ ਦਾ ਫੋਨ ਆਇਆ ਵਾ, ਆਖਣ ਡੀ ਸੀ ਮੈਂ ਇੱਧਰੋਂ ਦੀ ਆਉਣ ਲੱਗੀ ਹਾਂ ਤੇ ਘਰ ਨਹੀਂ ਆਉਣਾ ਮੈਂ, ਤੇ ਮਾੜਾ ਜਿਹਾ ਬਾਹਰ ਨਿਕਲੀ, ਮੈਂ ਚੱਲ ਵੇਖਦੀ ਹਾਂ ਉਹ ਉਂਡੀ ਆ ਲੱਗਦੀ, ਤੇ ਸੁਣੀ ਜਾਂਦੀ ਗੱਲ ਕੀ ਕਹਿਣਾ ਵਾ ਉਹਨੇ। ਚਲੋ ਤੁਸੀਂ ਸੁਣ ਕੇ ਆ ਜਾਓ। ਹਾਂ ਆ ਲੈ ਜਾ ਨਿੰਬੂ ਘਰੇ ਹੀ ਲਿਆਓ, ਤੇ ਮੈਂ ਆਣ ਕੇ ਬਣਾ ਦਿੰਦੀ ਹਾਂ। ਠੀਕ ਆ।
ਕਦੋਂ ਦਾ ਫੋਨ ਲਾਇਆ ਮੈਨੂੰ, ਕੀ ਕਹਿਣਾ ਸੀਗਾ, ਕਿੱਧਰ ਚੱਲੀ ਨਾਲੇ? ਅੰਨੀ ਫੋਨ ਤੇ ਕਦੋਂ ਦਾ ਲਾਇਆ ਵਾ, ਆਉਣੀ ਤਿਆਰ ਹੁੰਦਿਆਂ ਟਾਈਮ ਲੱਗ ਗਿਆ ਸੀ, ਅੱਧਾ ਘੰਟਾ ਹੋ ਗਿਆ ਇੱਥੇ ਮੈਨੂੰ ਖਲੋਤੀ ਨੂੰ। ਉਹ ਹੈ ਤੇ ਸਹੀ ਆ, ਪਰ ਹੁਣ ਟਾਈਮ ਲੱਗ ਹੀ ਜਾਂਦਾ ਤਿਆਰ ਹੁੰਦਿਆਂ। ਜਾਣਾ ਕਿੱਥੇ ਆ? ਜਾਣਾ ਕਿੱਥੇ ਆ, ਬੀਬੀ ਰਜਨੀ ਦੀ ਜਿਹੜੀ ਨਵੀਂ ਫਿਲਮ ਨੀ ਆਈ ਉਹ ਵੇਖਣ ਚੱਲੀ ਓ। ਅੱਛਾ। ਆਹੋ, ਓਦਾਂ ਲੋਕੀ ਊਟ ਪਟਾਂਗ ਵੇਂਦੇ ਆ ਫਿਲਮਾਂ, ਤੇ ਆ ਏਡੀ ਵਧੀਆ ਫਿਲਮ ਆਈ ਆ, ਤੇ ਮੈਂ ਕਿਹਾ ਇਹਨਾਂ ਨੇ ਵੇਖ ਕੇ ਆਉਣੀ ਆ, ਨਾਲੇ ਅਗਲਿਆਂ ਨੇ ਚਾਰ ਪੈਸੇ ਲਾਏ ਆ, ਨਾਲੇ ਅਗਲੀ ਪੀੜ੍ਹੀ ਨੂੰ ਵੀ ਸਾਰਾ ਪਤਾ ਲੱਗੂਗਾ। ਇਹ ਤੇ ਗੱਲ ਹੈਗੀ ਆ। ਹਾਂ ਚੱਲ ਤੂੰ ਹੋਇਆ ਫਿਰ। ਤੂੰ ਨੀ ਜਾਣਾ? ਮੈਨੂੰ ਕਿੰਨੇ ਜਾਣ ਦੇਣਾ, ਤੈਨੂੰ ਪਤਾ ਤਾਂ ਹੈਗਾ ਇਹਨਾਂ ਦੇ ਸੁਭਾਅ ਦਾ, ਉਹਨਾਂ ਜਾਣ ਦੇਣਾ ਮੈਨੂੰ? ਨਾ, ਤੁਸੀਂ ਤੇ ਆਪਣੀ ਸੱਸ ਦੇ ਗੋਡੇ ਨਾਲ ਸੇਂਗ ਵਾਂਗੂ ਲੱਗੀਆਂ ਰਹੋ। ਤੇ ਕੀ ਕਰੀਏ ਫਿਰ, ਉਹ ਤਾਂ ਹੁਣ ਲੱਗਣਾ ਹੀ ਪੈਣਾ ਵਾ। ਚੱਲ ਠੀਕ ਆ, ਮੈਂ ਜਾਣੀ ਆ। ਆ ਲੈ ਡੋਲੂ, ਦੁੱਧ ਪਹੁੰਚਾ ਦੀ ਮੇਰੇ ਘਰੇ। ਕਿਹਕੋ ਪਹੁੰਚਾਉਂਗੀ? ਲੈ ਕਿਹਕੋ ਪਹੁੰਚਾਉਣਾ ਵਾ, ਕਿਹਨੂੰ ਕਹਿ ਦੀ, ਆਪੇ ਪਹੁੰਚਾ ਦੇਣਗੇ। ਚੱਲ ਵੇਖ ਲੂੰਗੀ, ਗੱਲ ਤੇ ਉਹਦਾ ਸਵੇਰ ਦੀ ਖਿੜੀ ਆ ਆਪਣੇ ਘਰ ਤੇ, ਹੁਣ ਵੀ ਪਤਾ ਨੀ ਮੇਰੀ ਕਿਹਨੇ ਮੰਨਣੀ ਜਾਂ ਨਹੀਂ ਮੰਨਣੀ, ਅੱਗੇ ਰੌਲਾ ਬੜਾ ਪਿਆ ਵਾ। ਚੱਲ ਤੂੰ, ਤੇਰਾ ਮੂਡ ਮੈਂ ਕਾਹਤੋਂ ਖਰਾਬ ਕਰਨਾ, ਤੂੰ ਫਿਲਮ ਵੇਖ ਕੇ ਆ ਬੀਬੀ ਰਜਨੀ ਦੀ। ਚੱਲ ਠੀਕ ਆ, ਮੈਂ ਜਾਣੀ ਆ। ਜਾ।